ਫਾਜ਼ਿਲਕਾ ਦੇ ਡੀਸੀ ਦਫ਼ਤਰ ਪਹੁੰਚੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਕਿਹਾ 24 ਨੂੰ ਦਿੱਤਾ ਜਾਏਗਾ ਡੀਸੀ ਦਫ਼ਤਰ ਦੇ ਬਾਹਰ ਧਰਨਾ 25 ਨੂੰ ਰੋਕੀਆਂ ਜਾਣਗੀਆਂ ਰੇਲਾਂ। ਫਾਜ਼ਿਲਕਾ ਦੇ ਡੀਸੀ ਦਫ਼ਤਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਪਹੁੰਚੇ ਜਿਨ੍ਹਾਂ ਵੱਲੋਂ 24 ਅਤੇ 25 ਤਰੀਕ ਨੂੰ ਸੰਘਰਸ਼ ਦਾ ਐਲਾਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ 24 ਤਰੀਕ ਨੂੰ ਡੀਸੀ ਦਫ਼ਤਰ ਦੇ ਬਾਹਰ ਇੱਕ ਦਿਨ ਦਾ ਧਰਨਾ ਦਿੱਤਾ ਜਾਏਗਾ। ਇਸ ਦੇ ਨਾਲ ਹੀ 25 ਤਰੀਕ ਨੂੰ ਰੇਲਾਂ ਵੀ ਰੋਕੀਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ 25 ਤਰੀਕ ਨੂੰ ਰੇਲ ਰੋਕੋ ਅੰਦੋਲਨ ਦੇ ਵਿੱਚ ਉਹਨਾਂ ਦਾ ਸਾਥ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ 2 ਦਿਨ ਪ੍ਰਦਰਸ਼ਨ ਕੀਤਾ ਜਾਏਗਾ ਅਤੇ ਆਪਣਾ ਰੋਸ ਜਤਾਇਆ ਜਾਏਗਾ ਅਤੇ ਵੱਖ ਵੱਖ ਮੰਗਾਂ ਨੂੰ ਲੈ ਕੇ ਇਹ ਰੋਸ ਪ੍ਰਦਰਸ਼ਨ ਇੱਥੇ ਕੀਤਾ ਜਾਣਾ ਹੈ। ਇਸ ਮੌਕੇ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਕੁਲਵੰਤ ਸਿੰਘ ਵੱਲੋਂ ਹੋਰ ਵੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ। ਨਾਮ ਜੀ ਕੁਲਵੰਤ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਆਗੂ ਫਾਜ਼ਿਲਕਾ। ਅਤੇ ਕਿਸ ਚੀਜ਼ ਦਾ ਜਿਹੜਾ ਤੁਸੀਂ ਇੱਥੇ ਮੰਗ ਪੱਤਰ ਲੈ ਕੇ ਪਹੁੰਚੇ ਹੋ ਜੀ? ਅੱਜ ਜੀ ਸਾਡੇ ਜਿਹੜੇ 24/7/2023 ਨੂੰ ਡੀਸੀ ਆਫਿਸ ਦੇ ਸਾਹਮਣੇ ਇੱਕ ਦਿਨ ਦਾ ਧਰਨਾ ਚੱਲੂਗਾ ਅਤੇ 24 ਤੋਂ 25 ਨੂੰ ਜਦੋਂ ਅਸੀਂ ਪੂਰੇ ਜਾ ਕੇ ਪੂਰੇ ਪੰਜਾਬ ਭਰ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੋਵਾਂ ਜਥੇਬੰਦੀਆਂ ਵੱਲੋਂ ਰੇਲਾਂ ਵੀ ਜਿਹੜੀਆਂ ਜਾਮ ਕੀਤੀਆਂ ਜਾਣਗੀਆਂ ਉਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਹਦਾ ਮਕਸਦ ਕੀ ਹੈ। ਇੱਕ ਤਾਂ ਆਬਾਦ ਕਰਾਂ ਦਾ ਜਿਹੜਾ ਵੱਡਾ ਸਭ ਤੋਂ ਵੱਡਾ ਮਕਸਦ ਜਿਹੜਾ ਮਾਮਲਾ ਹੈ, ਜਿਵੇਂ 2007 ਦੇ ਵਿੱਚ ਜ਼ਮੀਨਾਂ ਜਿਹੜੀਆਂ ਕੱਚੀਆਂ ਕੀਤੀਆਂ ਗਈਆਂ ਸੀ ਅਤੇ ਉਹਨਾਂ ਨੂੰ ਪੱਕੀਆਂ ਕਰਾਉਣ ਦਾ, ਅਤੇ ਦੂਜਾ ਜਿਹੜਾ ਪੰਚਾਇਤਾਂ ਰਾਹੀਂ ਹੁਣ ਸਰਕਾਰਾਂ ਕੀ ਕਰ ਰਹੀਆਂ ਕੋਪਰੇਟ ਘਰਾਣਿਆਂ ਨਾਲ ਰਲ ਕੇ ਪ੍ਰਾਈਵੇਟ ਏਜੰਸੀਆਂ ਨਾਲ ਰਲ ਕੇ ਜਿਹੜੀਆਂ 2-4 ਕਿੱਲੇ ਛੋਟੇ ਕਿਸਾਨਾਂ ਕੋਲ ਜ਼ਮੀਨਾਂ ਹੈ ਉਹਨਾਂ ਨੂੰ ਖੋਹਣ ਦੀ ਜਿਹੜੀ ਉਹ ਤਿਆਰੀ ਕਰ ਰਹੀ ਹੈ। ਤਿਆਰੀ ਕਿਸ ਤਰ੍ਹਾਂ ਕਰ ਰਹੀ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਪਹਿਲਾਂ ਜਿਹੜੀ ਜ਼ਮੀਨਾਂ ਉਹ ਪੰਚਾਇਤਾਂ ਦੇ ਨਾਂ ਕਰਕੇ ਜਿਹੜੇ ਪੁੱਟ ਕੇ ਆਬਾਦ ਕੀਤੀਆਂ ਸੀ ਕਿਸਾਨਾਂ ਨੇ ਉਹ ਪੰਚਾਇਤਾਂ ਦੇ ਨਾਂ ਕਰਕੇ ਅਤੇ ਫਿਰ ਸਰਕਾਰ ਜਿਹੜੀ ਹੜੱਪ ਕੇ ਅਤੇ ਅੱਗੇ ਅਡਾਨੀਆਂ ਬਾਨੀਆਂ ਤੱਕ ਜਿਹੜੀ ਉਹ ਪਹੁੰਚ ਕਰਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈ। ਸੋ ਉਹ ਸਾਡਾ ਬਹੁਤ ਵੱਡਾ ਜਿਹੜਾ ਲੜਾਈ ਹੈ, ਕਿਉਂਕਿ ਆਬਾਦਕਾਰਾਂ ਨੂੰ ਜਿਹਨਾਂ ਵੀ ਬੂਟੇ ਪੱਟ ਕੇ ਝੱਲ ਪੱਟ ਕੇ ਆਪਣੀ ਜ਼ਮੀਨਾਂ ਆਬਾਦ ਕੀਤੀਆਂ ਨੇ, ਮਿਹਨਤ ਕੀਤੀ ਹੈ, ਉੱਥੇ ਮੌਤਾਂ ਵੀ ਹੋਈਆਂ ਨੇ, ਸੱਪ ਵੀ ਲੜੇ ਨੇ, ਮਿਹਨਤ ਕਰਕੇ ਜਿਹੜੀ ਉਹਨਾਂ ਨੇ ਇੰਨੀ ਆਪਦੀ ਉਪਜਾਊ ਜਿਹੜੀ ਜ਼ਮੀਨ ਉਹਨੂੰ ਪੈਦਾਵਾਰ ਕਰਨ ਦੇ ਯੋਗ ਕੀਤਾ ਹੈ। ਸੋ ਉਹਨੂੰ ਸਰਕਾਰ ਦੇ ਹੱਥਾਂ ਦੇ ਵਿੱਚ ਅਸੀਂ ਕਦੇ ਨਹੀਂ ਜਾਣ ਦਾਂਗੇ, ਲੋਕਾਂ ਵਾਸਤੇ ਲੜਾਂਗੇ। ਇੱਥੇ ਬੇਨਤੀ ਕਰਦਾ ਜਿੰਨੇ ਵੀ ਲੋਕ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਦਾ ਮਸਲਾ ਹੈ, ਸੋ 24 ਅਤੇ 25 ਤਰੀਕ ਨੂੰ ਡੀਸੀ ਆਫਿਸ ਦੇ ਸਾਹਮਣੇ ਅਤੇ 25 ਤਰੀਕ ਨੂੰ ਰੇਲਾਂ 'ਤੇ ਵੱਧ ਤੋਂ ਵੱਧ ਚੜ੍ਹ ਕੇ ਆਉਣਾ ਹੈ।